ਅੱਜ ਹੀ ਡਾਊਟਨੈਟ ਐਪ ਡਾਊਨਲੋਡ ਕਰੋ। ਡਾਊਟਨੈਟ 'ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ, ਫਿਜ਼ਿਕਸ, ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ, ਉਹ ਵੀ ਪੰਜਾਬੀ ਵਿੱਚ। ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ, ਉਸਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲਿਊਸ਼ਨ ਪਾਓ। ਅਤੇ ਅਜਿਹੇ ਹੀ ਹੋਰ ਵੀਡੀਓ ਦੇਖਣ ਲਈ ਡਾਊਟਨੈਟ ਪੰਜਾਬੀ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਹੈਲੋ ਐਵਰੀਵਨ, ਸਾਡਾ ਅੱਜ ਦਾ ਕੁਐਸਚਨ ਹੈ, ਅਸੀਂ ਪ੍ਰੂਫ ਕਰਨਾ ਹੈ ਕਿ ਜੇਕਰ ਸਾਡੇ ਕੋਲ ਐਫ ਡਿਫਾਈਨਡ ਹੈ ਏ ਟੂ ਬੀ, ਜੀ ਡਿਫਾਈਨਡ ਹੈ ਪੀ ਟੂ ਸੀ, ਤੇ ਅਸੀਂ ਇਹ ਦੋਨੋਂ ਹੀ ਫੰਕਸ਼ਨ ਐਫ ਤੇ ਜੀ ਇਹ 1 1 ਨੇ, ਫਿਰ ਅਸੀਂ ਪ੍ਰੂਫ ਕਰਨਾ ਹੈ ਕਿ ਜੀ ਆਫ ਐਫ ਏ ਟੂ ਸੀ ਵੀ 1 1 ਹੋਏਗਾ। ਸੋ ਆਓ ਅਸੀਂ ਇਸਦਾ ਸੋਲਿਊਸ਼ਨ ਦੇਖਦੇ ਹਾਂ। ਸਭ ਤੋਂ ਪਹਿਲਾਂ ਸਾਡੇ ਕੋਲ ਕੀ ਹੈ, ਐਫ ਹੈ ਡਿਫਾਈਂਡ ਏ ਟੂ ਬੀ ਦੇ ਲਈ, ਐਂਡ ਜੀ ਹੈ ਸਾਡੇ ਕੋਲ ਡਿਫਾਈਂਡ ਬੀ ਟੂ ਸੀ ਦੇ ਲਈ। ਤੇ ਕੀ ਗਿਵਨ ਹੈ ਸਾਡੇ ਕੋਲ, ਇਹ 1 1 ਫੰਕਸ਼ਨਸ ਨੇ, ਆਰ 1 1 ਫੰਕਸ਼ਨਸ। ਦੂਸਰੀ ਗੱਲ ਜਿਹੜੀ ਤੁਹਾਨੂੰ ਸਾਨੂੰ ਗਿਵਨ ਹੈ ਉਹ ਹੈ ਕਿ ਜੀ ਆਫ ਐਫ ਸਾਡੇ ਕੋਲ ਕਿਵੇਂ ਹੈ ਏ ਟੂ ਸੀ ਦੇ ਲਈ। ਸੋ ਇੱਥੇ ਅਸੀਂ ਪ੍ਰੂਫ ਕਰਨਾ ਹੈ ਕਿ ਜੀ ਆਫ ਸੀ ਏ ਟੂ ਸੀ ਦੇ ਲਈ, ਜੀ ਆਫ ਐਫ ਸੀ ਏ ਟੂ ਸੀ ਦੇ ਲਈ ਕੀ ਹੋਵੇ, 1 1 ਫੰਕਸ਼ਨ ਹੋਏ। ਸੋ ਇੱਥੇ ਅਸੀਂ ਸਭ ਤੋਂ ਪਹਿਲਾਂ ਲੈਟ ਕਰ ਲੈਂਦੇ ਹਾਂ, ਲੈਟ ਕਰ ਲਈਏ ਐਕਸ 1 ਕੋਮਾ ਐਕਸ 2, ਇਹ ਕੋਈ ਵੀ ਦੋ ਐਲੀਮੈਂਟਸ ਬਿਲੋਂਗ ਕਰ ਰਹੇ ਨੇ ਏ ਨੂੰ। ਸੋ ਇਹ ਏ ਨੂੰ ਬਿਲੋਂਗ ਕਰ ਰਹੇ। ਸੋ ਜੇਕਰ ਅਸੀਂ ਇੱਥੇ ਲਈਏ ਨਾਓ ਜੀ ਆਫ ਐਫ ਆਫ ਐਕਸ 1 ਇਕੁਅਲ ਟੂ ਜੀ ਆਫ ਐਫ ਆਫ ਐਕਸ 2। ਸੋ ਇਹਦੇ ਲਈ ਸਾਡੇ ਕੋਲ ਇੱਥੇ ਕੀ ਆ ਜਾਏਗਾ, ਜੀ ਆਫ ਐਫ ਆਫ ਐਕਸ 1, ਜੀ ਆਫ ਐਫ ਆਫ ਐਕਸ 1, ਐਂਡ ਰਾਈਟ ਹੈਂਡ ਸਾਈਡ ਤੇ ਆ ਜਾਏਗਾ ਜੀ ਆਫ ਐਫ ਆਫ ਐਕਸ 2। ਹੁਣ ਸਾਨੂੰ ਇਹ ਵੀ ਗਿਵਨ ਹੈ ਕਿ ਜਿਹੜਾ ਜੀ ਹੈ ਉਹ 1 1 ਫੰਕਸ਼ਨ ਹੈ, ਬਿਕੋਜ਼ ਜੀ ਜੋ ਹੈ ਜੀ ਇਜ਼ 1 1 ਫੰਕਸ਼ਨ। ਦੇਅਰਫੋਰ ਇਸ ਚੀਜ਼ ਤੋਂ ਸਾਨੂੰ ਕੀ ਇੰਪਲਾਈ ਹੁੰਦਾ ਹੈ ਕਿ ਜੇਕਰ ਜੀ ਆਫ ਐਫ ਆਫ ਐਕਸ 1 ਜੀ ਆਫ ਐਫ ਆਫ ਐਕਸ 2 ਦੇ ਇਕੁਅਲ ਹੈ, ਸੋ ਸਾਡੇ ਕੋਲ ਐਫ ਆਫ ਐਕਸ 1 ਐਫ ਆਫ ਐਕਸ 2 ਦੇ ਬਰਾਬਰ ਆ ਜਾਏਗਾ। ਅਗੇਨ ਸਾਡੇ ਕੋਲ ਐਫ ਵੀ ਜੋ ਹੈ ਉਹ 1 1 ਫੰਕਸ਼ਨ ਹੈ, ਅਗੇਨ ਐਫ ਜੋ ਹੈ ਉਹ 1 1 ਫੰਕਸ਼ਨ ਹੈ, ਬਿਕੋਜ਼ ਐਫ ਜੋ ਹੈ ਉਹ 1 1 ਫੰਕਸ਼ਨ ਹੈ। ਇਹਦਾ ਮਤਲਬ ਕੀ ਹੋਇਆ ਕਿ ਜੇਕਰ ਐਫ ਆਫ ਐਕਸ 1 ਐਫ ਆਫ ਐਕਸ 2 ਦੇ ਇਕੁਅਲ ਹੈ, ਸੋ ਸਾਡੇ ਕੋਲ ਕੀ ਆ ਗਿਆ, ਦੇਅਰਫੋਰ ਐਕਸ 1 ਵੀ ਐਕਸ 2 ਦੇ ਇਕੁਅਲ ਆ ਗਿਆ। ਸੋ ਇੱਥੋਂ ਸਾਡੇ ਕੋਲ ਕੀ ਇੰਡੀਕੇਟ ਹੋਇਆ, ਜਦੋਂ ਜੀ ਆਫ ਐਫ ਐਕਸ 1 ਜੀ ਆਫ ਐਫ ਐਕਸ 2 ਦੇ ਇਕੁਅਲ ਹੈ, ਉਦੋਂ ਸਾਡੇ ਕੋਲ ਐਫ ਐਕਸ 1 ਜੋ ਹੈ ਉਹ ਐਕਸ 2 ਦੇ ਬਰਾਬਰ ਆ ਰਿਹਾ ਹੈ। ਸੋ ਇਹ ਤਾਂ ਡੈਫੀਨੇਸ਼ਨ ਬਣ ਰਹੀ ਹੈ 1 1 ਦੀ। ਇਟ ਮੀਨਸ ਕਿ ਸਾਡਾ ਜੀ ਆਫ ਐਫ ਜੋ ਹੈ ਫੰਕਸ਼ਨ ਉਹ ਕੀ ਹੋਇਆ, ਉਹ 1 1 ਹੋਇਆ। ਇਹੋ ਹੀ ਅਸੀਂ ਪ੍ਰੂਫ ਕਰਨਾ, ਜੀ ਆਫ ਐਫ ਇਜ਼ 1 1, ਇਹ ਪ੍ਰੂਫ ਹੋ ਗਿਆ ਸਾਡਾ। ਇਸ ਦੇ ਨਾਲ ਸਾਡਾ ਕੁਐਸਚਨ ਖਤਮ ਹੁੰਦਾ। ਥੈਂਕ